ਜਮਾਨਾ ਭਾਵੇਂ ਕਿੰਨਾ ਵੀ ਬਦਲ ਗਿਆ ਏ ਪਰ ਕੁਝ ਘਰਾਂ ਵਿੱਚ ਔਰਤਾਂ ਅਜੇ ਵੀ ਆਪਣੇ ਦਿਲ ਦੀਆਂ ਸੱਦਰਾਂ ਤੇ ਸੁਪਨਿਆਂ ਨੂੰ ਮਾਰ ਕੇ ਜੀਉਂਦੀਆਂ ਨੇ ਕਿਉਂਕਿ ਕਈ ਔਰਤਾਂ ਤੇ ਅਜੇ ਵੀ ਬਹੁਤ ਜ਼ਿਆਦਾ ਪਾਬੰਦੀਆਂ ਨੇ ਕਿਉਂ ਆਪਣੇ ਸਾਰੇ ਸੁਪਨੇ ਮਾਰ ਕੇ ਬਸ ਘਰ ਗ੍ਰੈਸਤੀ ਤੱਕ ਹੀ ਸੀਮਤ ਨੇ ਤੇ ਉਹ ਆਪਣੇ ਬਾਰੇ ਵਿੱਚ ਆਵਾਜ਼ ਵੀ ਨਹੀਂ ਚੁੱਕ ਸਕਦੀਆਂ ਕਿਉਂਕਿ ਜ਼ਰੂਰੀ ਨਹੀਂ ਹੈ ਕਿ ਔਰਤ ਨੂੰ ਆਜ਼ਾਦੀ ਮਿਲੇ ਤੂੰ ਆਪਣੀ ਆਜ਼ਾਦੀ ਦਾ ਨਜ਼ਾਇਜ਼ ਫਾਇਦਾ ਹੀ ਉਠਾਏ ਇਹੋ ਜੀਆਂ ਔਰਤਾਂ ਦੇ ਲਈ ਇੱਕ ਪਿਆਰਾ ਜਿਹਾ ਸੁਨੇਹਾ ਏ ਤੈਨੂੰ ਦਿਨੇ ਹਨੇਰੇ ਦੇਵਣਗੇ ਰਾਤਾਂ ਦਾ ਚਾਨਣ ਖੋਹਣਗੇ ਤੈਨੂੰ ਬੰਦਸ਼ ਦੇ ਵਿੱਚ ਰੱਖਣਗੇ ਤੇਰੇ ਘਰ ਦੇ ਮਰਦ ਹੀ ਹੋਣਗੇ ਤੂੰ ਆਪਣੇ ਆਪ ਨੂੰ ਉੱਚਾ ਰੱਖ ਲੋਕਾਂ ਦੀ ਫਿਕਰ ਨਾ ਕਰਿਆ ਕਰ ਤੂੰ ਔਰਤ ਨਹੀਂ ਰੱਬ ਧਰਤੀ ਤੇ ਐਵੇਂ ਨਾ ਬਹੁਤਾ ਡਰਿਆ ਕਰ ਜਮਾਨਾ ਭਾਵੇਂ ਕਿੰਨਾ ਵੀ ਬਦਲ ਗਿਆ ਏ ਪਰ ਕੁਝ ਘਰਾਂ ਵਿੱਚ ਔਰਤਾਂ ਅਜੇ ਵੀ